ਆਪਾਂ ਸੋਸ਼ਲ ਮੀਡੀਆ ਤੋਂ ਪੈਸੇ ਕਿੰਨੇ ਕੋਈ ਬੰਦਾ ਕਮਾਉਂਦਾ ਹੈ ਨਾ, ਉਹਦੇ ਬਾਰੇ ਗੱਲਬਾਤ ਕਰਾਂ। ਆਪਾਂ ਕਮਾਈ ਨਹੀਂ, ਕਮਾਈ ਤਾਂ ਮਹਾਰਾਜ ਨੇ ਪਹਿਲੀ ਪੱਠਾ ਦਿੱਤਾ ਜ਼ਿਮੀਂਦਾਰਾਂ ਦੇ ਪੁੱਤ ਉੱਥੋਂ ਹੀ ਹੋਈ ਜਾਂਦੀ ਹੈ। ਆਪਾਂ ਇਸ ਬੁੱਕ 'ਚ ਬਾਈ ਕਿਹੜੀ ਕਮਾਈ ਆ, ਹੁਣ ਵੀਡੀਓ ਮਿਲੀਅਨ ਚੱਲਦੀ ਹੁੰਦੀ, ਡਾਲਰ ਇੱਕ ਨਹੀਂ ਆਉਂਦਾ। ਆਪਣੇ ਜਿਹਦੀ ਮਿਲੀਅਨ ਚੱਲ ਜੇ ਤਿੰਨ ਦਿਨ ਸਟੇਟਸ ਲਾਈ ਜਾਂਦਾ ਵੀ ਮੇਰੀ ਮਿਲੀਅਨ 'ਤੇ ਬੁਰਾ ਪ੍ਰਭਾਵ ਪੈਂਦਾ ਗਾ, ਬੱਚਿਆਂ ਨੇ ਵੀ ਵੀਡੀਓ ਵੇਖਣੀ ਆ ਘਰਾਂ 'ਚ ਬੈਠੇ ਆ ਕਿ ਨਹੀਂ, ਉਹ ਫਿਰ ਗਾ ਬੱਚਿਆਂ ਦੀ ਲਾਈਫ ਵੀ ਖਰਾਬ ਹੀ ਹੁੰਦੀ ਹੈ ਜਦੋਂ ਪਰਾਂ ਨੇ ਘਰ ਪੱਟਿਆ। ਬੰਦੇ ਦੇ ਲੱਛਣ ਮਾੜੇ ਘਰ ਪੱਟਦੇ ਆ, ਜਿਹੜੇ ਸਕਾਰਪੀਓ ਅਤੇ ਫੋਰਡ 'ਤੇ ਐਡੇ ਐਡੇ ਨਾਮ ਜਿੱਤੀ ਖੜੀ ਆ ਘਰੇ, ਜਿਨ੍ਹਾਂ ਦੇ ਖੜੀਆਂ ਐਡੀਆਂ ਐਡੀਆਂ ਗੱਡੀਆਂ, ਅਤੇ ਫਿਰ ਉਹਨਾਂ ਤਾਂ ਘਰ ਪੱਟੇ ਨਹੀਂ। ਦਰਬਾਜ ਦੇ ਕਦੇ ਤੂੰ ਐਨਕ ਲੱਗੀ ਨਾ ਤੈਨੂੰ ਦਿਸੂਗੀ, ਅੱਖਾਂ ਮਹਾਰਾਜ ਨੇ ਪਰਮਾਤਮਾ ਨੇ ਇੰਨੀਆਂ ਕਰਾੜੀਆਂ ਹੁੰਦੀਆਂ, 3 ਕਿਲੋਮੀਟਰ ਤੋਂ ਤੁਰੀ ਜਾਂਦੀ ਚੀਜ਼ ਦੱਸ ਦੇਣਗੇ ਕੀ ਚੀਜ਼ ਤੁਰੀ ਜਾਂਦੀ। ਪਲਾਵਟ ਨਹੀਂ ਘਰ ਖਾਧਾ ਯਾਰ, ਦਹੀਂ ਦੁੱਧ ਲੱਸੀਆਂ, ਇਹ ਉਹ ਬਰਗਰਾਂ ਦੀ ਨਹੀਂ ਪਲਾਵਟ ਆ। ਇਕੱਲੇ ਆਪਾਂ ਬਰਗਰ ਦਾ ਇੱਥੇ ਮੂੰਹ 'ਤੇ ਨਹੀਂ ਚੜੇ, ਲੋਕਾਂ ਨੂੰ ਪਾਸੇ 20 ਬੰਦਿਆਂ 'ਚ ਖੜਾ ਲੋਕ ਢੂਈ ਕੰਧੀਆਂ ਵੇਖ ਕੇ ਦੱਸ ਦਿੰਦੇ ਆ ਵੀ ਉਹ ਖੜਾ ਗੋਪੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਅਤੇ ਇਸ ਵਕਤ ਮੌਜੂਦ ਹਾਂ ਪਿੰਡ ਭਲਾਈਆਣਾ ਵਿਖੇ ਗੋਪੀ ਦੇ ਨਾਲ। ਅਸਲ ਦੇ ਵਿੱਚ ਅੱਜ ਕੱਲ੍ਹ ਕੀ ਆ ਕਿ ਪੰਜਾਬ ਦਾ ਹਰ ਇੱਕ ਬੱਚਾ ਯੂਟਿਊਬਰ ਬਣਨਾ ਚਾਹੁੰਦਾ ਹੈ ਨਾ, ਕਈ ਉਹਨੂੰ ਲੱਗਦਾ ਯਾਰ ਕਈ ਵਾਰੀ ਤੁੱਕਾ ਵੀ ਲੱਗ ਜਾਂਦਾ, ਤੀਰ ਵੀ ਲੱਗ ਜਾਂਦਾ। ਅੱਜ ਆਪਾਂ ਸੋਸ਼ਲ ਮੀਡੀਆ ਤੋਂ ਪੈਸੇ ਕਿੰਨੇ ਕੋਈ ਬੰਦਾ ਕਮਾਉਂਦਾ ਹੈ ਨਾ, ਉਹਦੇ ਬਾਰੇ ਗੱਲਬਾਤ ਕਰਾਂ। ਗੋਪੀ, ਕਿੰਨੇ ਰੁਪਏ ਦੀ ਕਮਾਈ ਹੋ ਜਾਂਦੀ ਹੈ? ਨਹੀਂ ਨਹੀਂ ਬਾਈ, ਆਪਾਂ ਨਾ ਹੀ ਤਾਂ ਕਦੇ ਸੋਚਿਆ ਵੀ ਇਹ ਚੀਜ਼ ਕਮਾਈ ਕਰਨੀ ਆ, ਅਤੇ ਨਾ ਹੀ ਸੋਚਣਾ। ਆਪਾਂ ਕਰਦੇ ਹਾਂ ਕੰਮ ਸ਼ੌਂਕ ਦਾ ਜੀ, ਆਪਾਂ ਕਮਾਈ ਨਹੀਂ। ਕਮਾਈ ਤਾਂ ਮਹਾਰਾਜ ਨੇ ਪਹਿਲੀ ਪੱਠਾ ਦਿੱਤਾ ਜ਼ਿਮੀਂਦਾਰਾਂ ਦੇ ਪੁੱਤਾਂ ਉੱਥੋਂ ਹੀ ਹੋਈ ਜਾਂਦੀ ਹੈ। ਆਪਾਂ ਆਪਦਾ ਕੰਮ ਕਰਨਾ ਸ਼ੌਂਕ ਨਾਲ। ਆਪਾਂ ਮੈਂ ਕਦੇ ਕਿਸੇ ਦੀ ਵੀਡੀਓ ਮੰਨ ਕੇ ਚੱਲ, ਅੱਜ ਤੱਕ ਘੱਟੋ ਘੱਟ ਮੈਂ ਨਾਮ ਵਾਲੀ 500 ਵੀਡੀਓ ਕਰਤੀ, ਉਹ ਘੋੜਿਆਂ ਦੀ ਜਾਂ ਦੁਕਾਨਾਂ ਦੀ। ਮੈਂ ਅੱਜ ਤੱਕ ਕਿਸੇ ਤੋਂ ਐਂ ਨਹੀਂ ਆਖਿਆ ਵੀ ਸਾਡਾ ਇੰਨਾ ਖਰਚਾ ਅਤੇ ਇੰਨੇ ਰੁਪਈਏ ਮੈਂ ਉੱਤੇ ਆਪਦਾ ਨਫਾ ਲਊਂਗਾ। ਜੇ ਕਿਸੇ ਨੇ ਮੈਨੂੰ ਐਂ ਆਖਤਾ ਯਾਰ ਇਕੱਲਾ ਉਹਦਾ ਖਰਚਾ ਪਾਣੀ ਲੈ ਲਈ, ਮੈਂ ਖਰਚੇ ਪਾਣੀ 'ਤੇ ਵੀਡੀਓ ਕਰੇ ਹੋਣਾ। ਆਪਾਂ ਨੂੰ ਕਮਾਈ ਨਹੀਂ, ਆਪਣਾ ਤਾਂ ਇੱਕ ਸ਼ੌਂਕ ਆ ਯਾਰ। ਇਹ ਖਰਚਾ ਕਿੰਨਾ ਹੁੰਦਾ? ਮਤਲਬ ਖਰਚਾ ਆਹੀ ਡੀਟਰ ਦਾ ਤੇਲ ਰੱਖ ਲਾ, ਕੈਮਰੇਮੈਨ ਦਾ ਰੱਖ ਲਾ, ਗੱਡੀ ਦਾ ਤੇਲ ਰੱਖ ਲਾ, ਜਾਂ ਜਿਹੜੇ ਨਾਲ ਤਿੰਨ ਮੁੰਡੇ ਹੁੰਦੇ ਆ ਉਹਨਾਂ ਦੀ ਖਾਣ ਪੀਣ, ਜਾਣੀ ਲੱਗ ਜਾਂਦਾ 5,500-6,000 ਰੁਪਈਆ ਬਸ ਉਹਨੇ ਆਉਣਾ ਚੱਲਦਾ। ਅਤੇ ਜਿਹੜਾ ਮੰਨ ਲਾ ਵੀ ਯਾਰ ਇਹਦੇ ਵਾਸਤੇ ਕੋਈ ਨੇੜੇ ਨੇੜੇ, ਜਿਵੇਂ ਆਪਾਂ ਯਾਰ 40-45 ਕਿਲੋਮੀਟਰ ਜਾਣਾ, ਇੱਥੇ 5,500-6,000 ਜੇ ਹੁਣ ਅਗਲੇ ਨੇ ਆਪਾਂ ਨੂੰ ਆਖ ਹੀ ਬੀਕਾਨੇਰ ਜਾਂ ਜੈਪੁਰ ਦਾ ਦਿੱਤਾ, ਉੱਥੇ ਨਹੀਂ ਨਾ ਫਿਰ ਉੱਥੇ ਤਾਂ ਤੇਲ ਜਿੰਨਾ ਮੱਚਣਾ। ਮੈਂ ਤਾਂ ਅਗਲੇ ਨੂੰ ਆਉਣਾ ਸਾਨੂੰ ਕਰਵਾ ਕੇ ਲੈ ਜਾ, ਅੱਛਾ ਸਾਨੂੰ ਕੋਈ ਦੁੱਖ ਨਹੀਂ, ਕਰਵਾ ਕੇ ਲੈ ਜਾ, ਅਸੀਂ ਤੇਰੀ ਵੀਡੀਓ ਕਰ ਦਿੰਦੇ ਹਾਂ ਵੀ ਘਰੋਂ ਆ ਕੇ ਘਰੋਂ ਛੱਡ ਜਾ। ਆਪਾਂ ਨੂੰ ਕੋਈ ਫੇਸਬੁੱਕ ਪੈਸੇ ਦਿੰਦੀ ਹੈ? ਫੇਸਬੁੱਕ 'ਚ ਬਾਈ ਕਿਹੜੀ ਕਮਾਈ ਆ, ਹੁਣ ਵੀਡੀਓ ਮਿਲੀਅਨ ਚੱਲਦੀ ਹੁੰਦੀ, ਡਾਲਰ ਇੱਕ ਨਹੀਂ ਆਉਂਦਾ। ਮਤਲਬ ਫਿਰ ਜਿਹੜਾ ਇਹ ਲੋਕਾਂ ਦਾ ਵਹਿਮ ਆ, ਕਈ ਜਵਾਕ ਪੜਾਂਗਾ ਵੀ ਛੱਡੀ ਜਾਂਦੇ ਹੈ ਨਾ। ਅਸਲ ਵਿੱਚ ਹੁਣ ਨਵਾਂ ਇਹ ਟ੍ਰੈਂਡ ਚੱਲਿਆ ਵਾ, ਕਿਉਂਕਿ ਸਾਡੇ ਲੋਕ ਥੋੜ੍ਹੇ ਜਿਹੇ ਇੱਦਾਂ ਹੁੰਦਾ ਵੀ ਪਹਿਲਾਂ ਇੱਕ ਵਾਰੀ ਗਾਉਣ ਲੱਗ ਗਏ, ਕਾਫੀ ਮੁੰਡੇ ਗਾਉਣ ਹੀ ਲੱਗ ਗਏ, ਸਾਰਾ ਪਿੰਡ ਹੁੰਦਾ ਸੀਗਾ ਵੀ ਹੈ ਨਾ ਇਹ ਪਿੰਡ ਗਾਉਣਾ। ਅੱਜ ਇਹ ਹੁੰਦਾ ਵੀ ਯਾਰ ਹਰ ਥਾਂ ਦਾ ਯੂਟਿਊਬਰ ਉੱਠੇ ਜਾਂ ਇੱਦਾਂ ਹੋਵੇ, ਕੀ ਮਤਲਬ ਇਹ ਕੋਈ ਚੰਗਾ ਕੀਤਾ ਅਤੇ ਕਿੱਦਾਂ ਕੀ ਕਹਿ ਸਕਦਾ ਇਹਨੂੰ ਯਾਰ? ਕੀਤਾ ਤਾਂ ਹੁਣ ਮੰਨ ਕੇ ਚੱਲ ਚੰਗਾ ਹੀ ਆ, ਬੰਦੇ ਦੀ ਹਰ ਸਾਰੇ ਪੰਜਾਬ 'ਚ ਜਾਂ ਹਰ ਸਾਰੇ ਮੰਨ ਕੇ ਚੱਲ ਇੰਡੀਆ 'ਚ ਜਾਣ ਪਛਾਣ ਬਣਦੀ ਜਦੋਂ ਬੰਦਾ ਫੇਸਬੁੱਕ 'ਤੇ ਆਉਂਦਾ, ਬਾਹਰਲੀਆਂ ਕੰਟਰੀਆਂ 'ਚ ਵੀ ਜਾਣ ਪਛਾਣ ਆਉਂਦੀ ਆ ਬੰਦੇ ਦੀ। ਪਰ ਇਹ ਇਉਂ ਨਹੀਂ ਬਈ ਹਰੇਕ ਬੰਦਾ, ਇਹ ਤਾਂ ਕੁਦਰਤ ਕੰਨੂੰ ਮਹਾਰਾਜ ਕੰਨੂੰ ਹੁੰਦਾ ਵੀ ਜਿਹੜੇ ਬੰਦੇ ਨੇ ਕਿਸੇ ਨੇ ਵੀ ਫੇਮਸ ਹੋਣਾ ਜਾਂ ਉਹਦਾ ਪੇਜ ਚੱਲਣਾ ਜਾਂ ਉਹਨੂੰ ਐਡਾ ਆਉਣੀਆਂ, ਇਹ ਕੁਦਰਤ ਆ, ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ। ਪੇਜ ਤਾਂ ਮੈਨੂੰ ਲੱਗਦਾ ਸਾਡੇ ਭਲਾਈਆਂ ਨੇ ਪਿੰਡ 'ਚ 15-20 ਚੱਲਦੇ ਹੋਣੇ ਆ। ਫਿਰ ਤੁਹਾਨੂੰ ਦੇਖ ਕੇ ਨਹੀਂ, ਪਹਿਲਾਂ ਦੇ ਮੈਥੋਂ ਪੁਰਾਣੇ ਵੀ ਬੈਠੇ ਆ। ਅੱਛਾ, ਮੈਥੋਂ ਪੁਰਾਣੇ ਵੀ ਆ। ਪਰ ਗੋਪੀ 'ਚ ਕੀ ਇਹੋ ਜਿਹਾ ਖਾਸ ਕਿ ਗੋਪੀ ਨੂੰ? ਨਹੀਂ ਨਹੀਂ, ਅਤੇ ਮੈਂ ਵੀ ਆਮ ਉਵੇਂ ਯੂਟਿਊਬਰਾਂ ਨੂੰ ਹੈਗਾ, ਮੇਰੇ 'ਚ ਖਾਸ ਨੂੰ ਮੈਂ ਕਿਹੜਾ ਮੰਨ ਕੇ ਚੱਲ ਉਹ ਜਿਵੇਂ ਇੱਕ ਆ ਥੋੜ੍ਹੇ ਜਿਹੇ ਦਿਨ ਹੋ ਗਏ ਖਣੀ, ਕਿਹੜਾ ਉਹ ਫੁੱਟਬਾਲ ਦਾ ਖਿਡਾਰੀ ਆ ਜਿਹਦਾ ਕਿੰਨੇ ਮਿੰਟਾਂ 'ਚ, ਹਾਂ ਕਿੰਨੇ ਮਿੰਟਾਂ 'ਚ ਹੋਇਆ ਖਣੀ, ਕਿੰਨੇ 100 ਮਿਲੀਅਨ ਹੋ ਗਿਆ ਉਹ ਚੀਜ਼ ਨੂੰ, ਫਿਰ ਉਹ ਤਾਂ ਮਿਲੀਅਨ ਵੀਡੀਓ ਚੱਲੀ ਨੂੰ 1 ਮਿਲੀਅਨ ਨੂੰ ਮੰਨਦਾ ਹੀ ਕੁਛ ਨਹੀਂ।
ਆਪਣੇ ਜੀ ਦੀ ਮਿਲੀਅਨ ਚੱਲ ਜੇ, ਤਿੰਨ ਦਿਨ ਸਟੇਟਸ ਲਾਈ ਜਾਂਦਾ ਵੀ ਮੇਰੀ ਮਿਲੀਅਨ ਚੱਲ ਗਈ। ਹੁਣ ਯਾਰ ਮੈਨੂੰ ਲੱਗਦਾ ਜਿਵੇਂ ਪਹਿਲਾਂ ਸੀਗਾ ਪੰਜਾਬ ਦੀਆਂ ਮਤਲਬ ਬੀਬੀਆਂ ਵੀ ਹੈ ਨਾ ਕਾਫੀ ਜਿਹੜੀਆਂ ਆਪਾਂ ਗੱਲ ਕਰਕੇ ਸੋਸ਼ਲ ਮੀਡੀਆ 'ਤੇ, ਇਹ ਚੰਗਾ ਅਤੇ ਚੱਲਣਾ ਮਾੜਾ ਇਹ? ਯਾਰ ਜਿਹਨੇ ਤਾਂ ਨੋਰਮਲ ਵੀਡੀਓ ਪਾਉਣੀਆਂ ਉਹਨੂੰ ਤਾਂ ਕੋਈ ਮਾੜਾ ਨਹੀਂ, ਜਿਹਨੇ ਬਈ ਗੰਦ ਪਾਉਣਾ ਉਹਦੇ ਲਈ ਮਾੜਾ ਵੀ ਆ, ਬੁਰਾ ਪ੍ਰਭਾਵ ਪੈਂਦਾ ਗਾ। ਬੱਚਿਆਂ ਨੇ ਵੀ ਵੀਡੀਓ ਵੇਖਣੀਆਂ ਘਰਾਂ 'ਚ ਬੈਠੇ ਆ ਕਿ ਨਹੀਂ, ਉਹ ਫਿਰ ਗਾ ਬੱਚਿਆਂ ਦੀ ਲਾਈਫ ਵੀ ਖਰਾਬ ਹੀ ਹੁੰਦੀ ਹੈ ਜਦੋਂ ਕਈ ਹੁਣ ਇੰਸਟਾਗ੍ਰਾਮ 'ਤੇ ਤੈਨੂੰ ਪਤਾ ਹੀ ਹੈ ਵੀਡੀਓ ਚੱਲੀ ਜਾਂਦੀਆਂ, ਹਰੀ ਰੜੀ ਗੰਦ ਹੀ ਚੱਲੀ ਜਾਂਦਾ। ਆਪਣੇ ਪੰਜਾਬ ਦੇ ਰੱਖ ਲਾ ਜਾਂ ਬਾਹਰ ਦੀਆਂ ਹੋਰ ਸਟੇਟਾਂ ਦੀਆਂ ਕੁੜੀਆਂ ਅੱਧ ਨੰਗੇ ਕੱਪੜੇ ਪਾ ਕੇ ਨੱਚੀ ਜਾਂਦੀਆਂ, ਉਹ ਤਾਂ ਫਿਰ ਆਪਣੇ ਬੱਚਿਆਂ 'ਤੇ ਵੀ ਬੁਰਾ ਪ੍ਰਭਾਵ ਵੀ ਪੈਂਦਾ ਨਾ। ਅਤੇ ਜਿਹੜੇ ਮੰਨ ਲਓ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਹੁਣ ਬਲੌਗਿੰਗ ਦਾ ਚੱਲਿਆ ਵਾ ਹੈ ਨਾ, ਹਸਬੈਂਡ ਵਾਈਫ ਕਰ ਲੈਂਦੇ ਜਾਂ ਹੋਰ ਵੀ ਸਿਸਟਮ ਹੈ, ਹੈ ਨਾ, ਤਾਂ ਇਹਦੇ 'ਚ ਯਾਰ ਕੀ ਸਿਸਟਮ ਆ ਵੀ ਮੰਨ ਲਾ ਫਿਰ ਬੰਦੇ ਠੀਕ ਆ ਜਿੰਨਾ ਉਹਦੇ ਕੈਮਰੇ? ਯਾਰ ਇਹ ਤਾਂ ਬਿਹੇਵੀਅਰ ਬਈ ਗੁਰਪ੍ਰੀਤ, ਇਹ ਤਾਂ ਆਪੋ ਆਪਣਾ ਯਾਰ, ਕਿਸੇ ਨੇ ਤਾਂ ਮੰਨ ਕੇ ਚੱਲ, ਹੁਣ ਕਈ ਤਾਂ ਦੋਵੇਂ ਜੀ ਆਪ ਹੀ ਕੋਈ ਮੰਨ ਕੇ ਚੱਲ ਘਰੇ ਬੈਠੇ ਦੇਸੀ ਵੀਡੀਓ ਪਾ ਤੀ ਉਹਨਾਂ ਦੀ ਚੱਲ ਗਈ ਚੰਗੀ ਪਛਾਣ ਆ, ਕਈ ਹੁਣ ਮੰਨ ਕੇ ਚੱਲ ਕੱਲੀਆਂ ਕੁੜੀਆਂ ਹੀ ਵੀਡੀਓ ਪਾਈ ਜਾਂਦੀਆਂ ਪ੍ਰਮੋਸ਼ਨਾਂ ਕਰੀ ਜਾਂਦੀਆਂ, ਇਹਦਾ ਅੱਡੋ ਅੱਡ ਕੰਸੈਪਟ ਆ, ਕਿਸੇ ਦਾ ਕਿਵੇਂ ਆ ਕਿਸੇ ਦਾ ਕਿਵੇਂ ਆ, ਜਿਹਦਾ ਚੱਲ ਗਿਆ ਉਹਦਾ ਤੀਰ ਆ, ਜਿਹਦਾ ਨਹੀਂ ਚੱਲਿਆ ਉਹਦਾ ਤੁੱਕਾ ਨਹੀਂ। ਮੰਨ ਲਾ ਹੁਣ ਇਹ ਪ੍ਰਮੋਸ਼ਨ ਵਾਲਾ ਜਿਹੜਾ ਸਿਸਟਮ ਆ, ਇਹ ਕੀ ਹੁੰਦਾ? ਮੰਨ ਲਾ ਇਹਨੂੰ ਥੋੜ੍ਹਾ ਸਮਝਾ ਸਕਦਾ? ਇਹ ਆਹੀ ਜਦੋਂ ਅਗਲਾ ਵੀਡੀਓ ਕਰਾ ਕੇ ਫੇਸਬੁੱਕ ਯੂਟਿਊਬ 'ਤੇ ਪਾਉਂਦਾ, ਕੋਈ ਚੀਜ਼ 'ਤੇ ਔਫਰ ਦਿੰਦਾ, ਉਹ ਲੋਕਾਂ ਤੱਕ ਪਹੁੰਚਦੀ ਆ, ਉੱਥੇ ਦੁਨੀਆਂ ਆਉਂਦੀ ਆ, ਚੀਜ਼ ਖਰੀਦਦੀ ਆ, ਉਹਦੀ ਦੁਕਾਨਦਾਰੀ ਵੱਧਦੀ ਆ, ਬਸ ਉਸੇ ਚੀਜ਼ ਨੂੰ ਪ੍ਰਮੋਸ਼ਨ ਕਹਿੰਦੇ ਆ। ਹੋਰ ਮਤਲਬ ਕੀ ਹੈ ਵੀ ਹੁਣ ਜਿਹੜਾ ਹੁਣ ਯਾਰ ਮੇਰੀ ਗੱਲ ਸੁਣ ਬਾਈ, ਟੀਵੀ ਜਾਂ ਸਕਰੀਨਾਂ ਉਹ ਚੀਜ਼ਾਂ ਤਾਂ ਆਪਣੀਆਂ ਖਤਮ ਹੋ ਗਈਆਂ, ਹੁਣ ਕੁੱਲ ਦੇ ਹੱਥ 'ਚ ਐਂ ਫੋਨ ਆ, ਸਾਰੀ ਦਿਹਾੜੀ ਜਦੋਂ ਵਿਹਲਾ ਗਲਾ ਐਂ ਹੀ ਕਰੀ ਜਾਂਦਾ। ਕਿਸੇ ਨੂੰ ਹੁਣ ਤੂੰ ਲਾ ਲਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ, ਤੂੰ ਘੋੜਿਆਂ 'ਤੇ ਹੀ ਲਾ ਲਾ, ਹੁਣ ਪੰਜਾਬ 'ਚ ਘੋੜੇ ਨੇਕਾਂ, ਹਰ ਪਿੰਡ 'ਚ ਇੱਕ ਇੱਕ ਦੋ ਦੋ ਘੋੜੇ ਪਾ ਲਈ ਜਾਂਦਾ ਅਗਲਾ, ਕਿਸੇ ਦੇ ਦਿਲ ਨੂੰ ਕੋਈ ਲੱਗਿਆ ਕਿਸੇ ਦੇ ਦਿਲ ਨੂੰ, ਜਦੋਂ ਅਗਲੇ ਨੇ ਵੀਡੀਓ ਪਵਾ ਤੀ ਨੈੱਟ 'ਤੇ, ਅਗਲਾ ਐਂ ਫਰੋਲੀ ਜਾਂਦਾ, ਜਿਹੜਾ ਤੇਰੇ ਲੱਗਿਆ ਦਿਲ ਨੂੰ ਘੋੜਾ ਉਸੇ ਦੀ ਮੌਕੇ 'ਤੇ ਵੀਡੀਓ ਆ ਗਈ, ਤੈਨੂੰ ਉਹਦਾ ਨੰਬਰ ਮਿਲ ਗਿਆ, ਤੂੰ ਉਹਦੇ ਕੰਟੈਕਟ 'ਚ ਆ ਜਾਏਗਾ ਬੰਦੇ ਦੇ, ਤੂੰ ਉਦੋਂ ਘੋੜੀ ਮੀਟ ਕਰਾ ਲਏਗਾ, ਹੋ ਸਕਦਾ ਤੇਰੇ ਘਰੇ 10 ਲੱਖ ਦਾ ਬੱਚਾ ਦੇ ਜੇ। ਇਹ ਸੋਸ਼ਲ ਮੀਡੀਆ ਚੀਜ਼ ਚੰਗੀ ਵੀ ਆ ਮਾੜੀ ਵੀ ਆ ਜਿਹੜਾ ਇਹ ਯਾਰ ਇਹ ਗੱਲ ਸਹੀ ਹੈ ਕਿ 10 ਲੱਖ ਦਾ ਘੋੜਾ ਹੁੰਦਾ ਵੀ ਅਤੇ ਘੋੜੇ 3-3 ਕਰੋੜ ਦੇ ਪਏ ਆ, ਤੂੰ 10 ਲੱਖ ਨੂੰ ਰੋਈ ਜਾਂਦਾ, ਮਤਲਬ ਕੀ ਫਰਕ ਹੁੰਦਾ? ਯਾਰ ਨਸਲ ਅੱਡੋ ਅੱਡ ਕੁਆਲਿਟੀ ਆ ਕੋਈ ਵੀ ਚੀਜ਼ ਆ, ਮਤਲਬ ਕੋਈ ਨਵਾਂ ਬੰਦਾ ਜਿਹੜਾ ਜੁਆਇਨ ਕਰਦਾ, ਯਾਰ ਨਵਾਂ ਬੰਦਾ ਐਂ ਹੁਣ ਫੋਨ 'ਤੇ ਨਾ ਸਿੱਖ ਸਕਦਾ, ਜੇ ਤੂੰ ਆਖੇ ਬਈ ਮੈਂ ਆਹ ਵੀਡੀਓ ਦੇ ਥਰੂ ਹੀ ਅਗਲੇ ਨੂੰ ਹਰੇਕ ਗੱਲ ਸਮਝਾ ਦੂੰ, ਨਹੀਂ ਸਮਝੀ ਜਾਂਦੀ। ਕੋਈ ਵੀ ਚੀਜ਼ ਆ ਕਲਾ, ਕੋਈ ਵੀ ਚੀਜ਼ ਆ ਉਹਦਾ ਗੁਣ ਆ, ਇਉਂ ਇੱਕੇ ਦਿਨ ਨਹੀਂ, ਇੱਕੇ ਦਿਨ ਤਾਂ ਕਬੂਤਰ ਛੱਡਣ ਦਾ ਗੁਰ ਨਹੀਂ ਮਿਲਦਾ ਬਾਜੀ 'ਤੇ। ਆ ਬਰਕੰਦੀ ਬਾਜੀ ਚੱਲੀ ਜਾਂਦੀ ਹੈ, 6 ਦਿਨ ਹੋ ਗਿਆ, ਜੇ 6ਵੇਂ ਦਿਨ ਉੱਡਿਆ ਕਬੂਤਰ, ਇੱਕੇ ਦਿਨ ਤਾਂ ਉਹ ਵੀ ਬੰਦੇ ਨਹੀਂ ਨਾ ਸਟਾਰ ਬਣ ਗਏ। ਕੋਈ ਵੀ ਚੀਜ਼ ਆ ਉਹਦੇ ਦਿਮਾਗ ਨਾਲ ਤੈਨੂੰ ਚੱਲਣਾ ਪਊਗਾ, ਫਿਰ ਤੂੰ ਹੌਲੀ ਹੌਲੀ ਜਾ ਕੇ ਕੋਈ ਵੀ ਆ ਘਰੇ। ਯਾਰ ਤੂੰ ਬੱਕਰੀ ਰੱਖ ਲਾ, ਤੈਨੂੰ ਪਹਿਲੇ ਦਿਨ ਤਾਂ ਬੱਕਰੀ ਦਾ ਵੀ ਨਹੀਂ ਹਿਸਾਬ ਆਉਣਾ ਵੀ ਇਹਨੂੰ ਆਪਾਂ ਨੀਰਾ ਕਿਹੋ ਜਿਹਾ ਪਾਉਣਾ, ਕਿਹੋ ਜਿਹਾ ਪੱਠੇ ਪਾਉਣੇ, ਦਾਣਾ ਪਾਉਣਾ, ਇਹ ਤਾਂ ਤੇਰੀ ਆਪਦੀ ਗੇਮ ਆ, ਤੂੰ ਆਪਦੇ ਦਿਮਾਗ ਨਾਲ ਗਾਂ ਵਧਣਾ, ਕਿਸੇ ਨੂੰ ਕੋਈ ਨਹੀਂ ਵਧਾਉਂਦਾ, ਤੂੰ ਆਪਦੇ ਦਿਮਾਗ ਨਾਲ ਵਧਣਾ। ਅਤੇ ਯਾਰ ਕਬੂਤਰਬਾਜ਼ੀ ਹੈ ਕੈਮਰਾ ਲਾ, ਤੂੰ ਕਬੂਤਰ ਵੀ ਰੱਖੇ ਨਾ, ਤੇਰਾ ਤਜਰਬਾ ਵੀ ਹੈ ਕਬੂਤਰ, ਇਹ ਫਿਰ ਇਹ ਕਿੱਦਾਂ ਦਾ ਧੰਦਾ ਹੈ? ਅੱਧੇ ਕਹਿੰਦੇ ਘਰ ਪੱਟ ਦਿੰਦਾ, ਆਹ ਘਰ ਨਾ ਪੱਟ ਦਿੰਦਾ, ਕਦੇ ਜਾਨਵਰਾਂ ਨੇ ਘਰ ਪੱਟਿਆ, ਬੰਦੇ ਦੇ ਲੱਛਣ ਮਾੜੇ ਘਰ ਪੱਟਦੇ ਆ, ਜਿਹੜੇ ਸਕਾਰਪੀਓ ਅਤੇ ਫੋਰਡ 'ਤੇ ਏਡੇ ਏਡੇ ਨਾਮ ਜਿੱਤੀ ਖੜੀ ਆ ਘਰੇ, ਜਿਨ੍ਹਾਂ ਦੇ ਖੜੀਆਂ ਏਡੀਆਂ ਏਡੀਆਂ ਗੱਡੀਆਂ, ਅਤੇ ਫਿਰ ਉਹਨਾਂ ਤਾਂ ਘਰ ਪੱਟੇ ਨਹੀਂ ਗਏ। ਕਬੂਤਰਬਾਜ਼ੀ ਇੱਕ ਇਹੋ ਜਿਹਾ ਧੰਦਾ, ਬੰਦੇ ਨੂੰ ਕਿਸੇ ਨਸ਼ੇ 'ਚ ਜਾਂ ਹੋਰ ਕਿਸੇ ਜੂਏ 'ਚ ਜਾਂ ਕਿਸੇ ਹੋਰ ਖੇਡ 'ਚ ਨਹੀਂ ਪੈਣ ਦਿੰਦਾ, ਬੰਦੇ ਦਾ ਖਿਆਲ ਬਸ ਤਾਂ ਰੱਬ ਨਾਲ ਹੀ ਲੈ ਲੱਗੀ, ਉਹਨੇ ਆਪਦੇ ਜਾਨਵਰ ਹੀ ਵੇਖੀ ਜਾਣੇ ਆ। ਨਹੀਂ ਵੈਸੇ ਤਾਂ ਇੰਨੀ ਗਰਮੀ ਦੇ ਵਿੱਚ ਜਿਹੜਾ ਹੈਗਾ ਸੂਰਜ ਦੇ ਵਿੱਚ ਧੁੱਪ ਦੇਖੀ ਨਹੀਂ ਜਾਂਦੀ, ਉਹ ਤਾਂ ਬੰਦੇ ਪਛਾਣ ਲੈਂਦੇ ਆ ਫਿਰ ਕੋਠੇ। ਯਾਰ ਉਹਨਾਂ ਦਾ ਫਿਰ ਐਕਸਪੀਰੀਅੰਸ ਆ, ਕਬੂਤਰਬਾਜ਼ ਦੇ ਕਦੇ ਤੂੰ ਐਨਕ ਲੱਗੀ ਨਾ ਤੈਨੂੰ ਦਿਸੂਗੀ, ਅੱਖਾਂ ਮਹਾਰਾਜ ਨੇ ਪਰਮਾਤਮਾ ਨੇ ਇੰਨੀਆਂ ਕਰਾੜੀਆਂ ਹੁੰਦੀਆਂ,
3 ਕਿਲੋਮੀਟਰ ਤੋਂ ਤੁਰੀ ਜਾਂਦੀ ਚੀਜ਼ ਦੱਸ ਦੇਣਗੇ ਕੀ ਚੀਜ਼ ਤੁਰੀ ਜਾਂਦੀ ਹੈ। ਮੰਨ ਲਾ ਜਿਹੜੇ ਹੁਣ ਆਪਾਂ ਗੱਲ ਕਰੀਏ ਘੋੜਿਆਂ ਦੇ ਜਿਹੜੇ ਫਾਰਮ ਆ, ਹੈ ਨਾ, ਅੱਗੇ ਕੱਚੀਆਂ ਪਈਆਂ ਸੀਗੀਆਂ, ਕੱਚੇ ਸੀਗੇ, ਅੱਗੇ ਲੋਕ ਭਜਾ ਭਜੂ ਲੈਂਦੇ ਉਹਨਾਂ 'ਤੇ, ਹਜੇ ਫਿਰ ਹੁਣ ਉਹ ਕਿੱਦਾਂ? ਉਹ ਬਾਈ ਘਰ ਉਹਨਾਂ ਦੇ ਲੱਗਿਆ ਸਮਾਨ, ਉਹ ਛੱਡਿਆ, ਖੁੱਲ੍ਹਾ ਫਾਰਮ ਬਣਾਇਆ ਜੀ ਨੇ, ਘਰ ਖੁੱਲ੍ਹੀਆਂ ਛੱਡਦੇ ਆ। ਹਾਂ ਹੁਣ ਸਾਡੇ ਬੱਚੇ ਫਿਰਦੇ ਆ, ਅਸੀਂ ਜਿਹਨੇ ਘੋੜੀਆਂ ਬੰਨ੍ਹ ਦਿੰਦੇ ਹਾਂ, ਬੱਚੇ ਸਾਰੀ ਦਿਹਾੜੀ ਖੁੱਲ੍ਹੇ ਤੁਰੇ ਹੀ ਫਿਰਦੇ ਆ। ਅਗਲੇ ਯਾਰ ਉਹ ਸਿਆਣਿਆਂ ਦੀ ਕਹਾਵਤ ਆ, ਜਿਹਨੇ ਸੁੱਥਣ ਸਵਾਈ ਆ ਹੱਗਣ ਨੂੰ ਥਾਂ ਰੱਖਿਆ, ਜਿਹਦਾ ਕੋਈ ਵੀ ਜਿਹੜੇ ਹਿਸਾਬ ਦਾ ਕਿੱਤਾ ਉਹਨੇ ਆਪਦਾ ਉਹ ਹਿਸਾਬ ਨਾਲ ਤੋਰਿਆ, ਉਹਦਾ ਸਾਰਾ ਐਕਸਪੀਰੀਅੰਸ ਆ। ਕੋਈ ਵੀ ਕਿੱਤਾ ਐਕਸਪੀਰੀਅੰਸ ਤੋਂ ਬਿਨਾਂ ਬੰਦਾ ਕਾਮਯਾਬ ਨਹੀਂ। ਜੇ ਐਕਸਪੀਰੀਅੰਸ ਹੈਗਾ ਤਾਂ ਕੋਈ ਵੀ ਕਿੱਤੇ 'ਚ ਵੜੋ, ਨਹੀਂ ਐਵੇਂ ਘਰ ਬੈਠੇ ਆਪ ਹੀ ਨਾ ਹਰੇਕ ਚੀਜ਼ ਦੇ ਵੈਦ ਬਣ ਕੇ ਗੱਲ ਚਲਾਓ। ਹਾਂ ਬਾਈ, ਇੱਦਾਂ ਦੀ ਗੱਲ ਹੈ, ਹੁਣ ਅੱਜ ਕੱਲ੍ਹ ਵੈਦ ਹੀ ਬਹੁਤ ਆ, ਕਿਉਂਕਿ ਮੰਨ ਲਾ ਭਾਰ ਘਟਾਉਣ ਵਾਲਾ ਇੱਕ ਵੀਡੀਓ ਹੈ, ਫਰ ਤੁਹਾਡਾ ਤੁਸੀਂ ਪ੍ਰਮੋਸ਼ਨ ਵੀ ਕੀਤੇ, ਕੀ ਇਹਨਾਂ ਚੀਜ਼ਾਂ 'ਚ ਇਫੈਕਟ ਹੁੰਦਾ ਅਤੇ ਇਕੱਲੀ ਪ੍ਰਮੋਸ਼ਨ? ਬਈ ਆਪ ਨਹੀਂ, ਪ੍ਰਮੋਸ਼ਨ ਨਹੀਂ, ਆਪਾਂ ਨੂੰ ਤਾਂ ਫਾਇਦਾ ਹੋਇਆ, ਆਪਾਂ ਤਾਂ ਆਹ ਵਿਚਾਰੇ ਦੇ ਬੱਚੇ ਜਿਉਂਦੇ ਰਹਿਣ, ਆਪਣਾ ਤਾਂ 14-15 ਕਿਲੋ ਵੇਟ ਘਟਾਤਾ। ਪਰ ਇੰਨੀ ਗੱਲ ਆ, ਤਪੱਸਿਆ ਬਹੁਤ ਵੱਡੀ ਚੀਜ਼ ਹੈ, ਟਾਈਮ ਲੱਗਦਾ। ਮਾਨਸਾ ਦਾ ਮੁੰਡਾ ਵਿੱਕੀ ਆ, ਉਹਦਾ ਨਾਂ, ਨੰਬਰ ਵੀ ਮੈਥੋਂ ਕੋਈ ਲੈ ਸਕਦਾ ਬੰਦਾ ਉਹਦਾ। ਆਪਾਂ ਨੂੰ ਤਾਂ ਬਈ 2.5 ਮਹੀਨੇ ਹੋ ਚੱਲੇ, ਇੱਕ ਟਾਈਮ ਰੋਟੀ ਖਾਣੀ ਹੈ, ਨਾਲ ਸਲਾਦ ਸਲੂਦ ਜਾਂ ਖਾਣਾ, ਜਾਂ ਉਹ ਜਿਹੜਾ ਉਹਨੇ ਸ਼ੇਕ ਦਿੱਤੇ ਉਹ ਸ਼ੇਕ ਪੀਣੇ ਆ, ਜਾਂ ਜਿਹੜੀਆਂ ਗੋਲੀਆਂ ਦਿੱਤੀਆਂ ਉਹ ਗੋਲੀਆਂ ਹੀ ਆ ਚੂਸਣੀਆਂ। ਹਾਂ, ਖਾਣ ਪੀਣ ਦੇ ਹਿਸਾਬ ਨਾਲ ਬੰਦੇ ਦਾ ਫਰਕ ਬਹੁਤ ਪੈਂਦਾ, ਇਕੱਲੀ ਚਾਹ ਅਤੇ ਤਲੀ ਚੀਜ਼ ਛਡਾਉਂਦਾ। ਹੁਣ ਫਿਰ ਗੋਪੀ ਨੇ ਕਿੰਨਾ ਭਾਰ ਘਟਾਉਣਾ ਤੇਰੇ ਹਿਸਾਬ ਨਾਲ? ਮੈਂ ਬਸ ਬਾਹਲਾ ਨਹੀਂ ਘਟਾਉਂਦਾ, ਮੈਂ ਘਟਾਊਂਗਾ 13-14 ਕਿਲੋ ਹੋ ਗਿਆ ਮੇਰਾ ਵੇਟ ਘੱਟ, 25 ਕਿਤੇ ਸੂਈ ਠੱਲੂੰਗਾ। ਕੁੱਲ ਹੁਣ ਕਿੰਨਾ ਬਣ, ਵਜ਼ਨ ਕਿੰਨਾ ਸਹੀ ਦਾ ਹੁਣ ਮੇਰਾ ਰਹਿ ਗਿਆ ਮੇਰੇ ਹਿਸਾਬ ਨਾਲ 1 ਕਿਲੋ 1 ਕੁਆਂਟਲ, ਬਸ 26-27 ਕਿਲੋ ਆ। ਬਹੁਤ ਬੰਦੇ ਨੂੰ ਇਹ ਵੀ ਹੁੰਦਾ ਯਾਰ, ਗੋਪੀ ਆਪ ਤਾਂ ਸਲਾਹਾਂ ਇੰਨੀਆਂ ਤੁਹਾਨੂੰ ਹੁਣ ਚੰਗੀਆਂ ਦਿੱਤੀਆਂ, ਹੈ ਨਾ, ਅਤੇ ਆਪਦੀ ਸਿਹਤ ਦਾ ਖਿਆਲ ਤੂੰ ਰੱਖਿਆ ਨਹੀਂ? ਸਿਹਤ ਦਾ ਖਿਆਲ ਕਿਉਂ ਨਹੀਂ ਰੱਖਿਆ? ਸਿਹਤ ਮੈਨੂੰ ਜਿਹੜੇ ਮਰਜ਼ੀ ਕੰਮ ਚਲਾ ਦੀ, ਜੇ ਦਮ ਚੜ ਗਿਆ ਆਪਣੀ ਜ਼ਿੰਮੇਵਾਰੀ ਹੈ। ਅਤੇ ਜਿਹੜਾ ਇੰਨਾ ਸਰੀਰ ਦਾ ਫਲਾਵਟ ਯਾਰ, ਫਲਾਵਟ ਨਹੀਂ, ਘਰ ਖਾਧਾ ਯਾਰ, ਦਹੀਂ ਦੁੱਧ ਲੱਸੀਆਂ, ਇਹ ਉਹ ਬਰਗਰਾਂ ਦੀ ਨਹੀਂ ਫਲਾਵਟ ਆ। ਇਕੱਲੇ ਆਪਾਂ ਬਰਗਰ ਤਾਂ ਅੱਜ ਤੱਕ ਮੂੰਹ 'ਤੇ ਨਹੀਂ ਤਰੇ, ਸਰੀਰ ਦੇ ਵੀ ਬਾਹਲੇ ਜੁੱਸੇ ਆ ਮਿੱਤਰਾ। ਮਤਲਬ ਕਿ ਤੁਸੀਂ ਆਪਦੇ ਬੋਡੀ ਲੈਂਗੁਏਜ ਤੋਂ ਖੁਸ਼ ਹੋ ਸਾਰੀ ਤੋਂ? ਮੈਂ ਤਾਂ ਬਾਈ ਮੇਰੀ ਪਛਾਣ ਆ ਲੋਕਾਂ ਨੂੰ, ਪਾਸੇ 20 ਬੰਦਿਆਂ 'ਚ ਖੜਾ ਲੋਕ ਢੂਹੀ ਕੰਧੀਆਂ ਵੇਖ ਕੇ ਦੱਸ ਦਿੰਦੇ ਆ ਵੀ ਉਹ ਖੜਾ ਗੋਪੀ ਢੂਹੀ ਕੰਨੇ। ਹਾਂ, ਬੰਦੇ ਦੀ ਪਛਾਣ ਵੱਖਰੀ ਹੋਵੇ, ਪਤਾ ਲੱਗੇ ਦੁਨੀਆਂ ਨੂੰ ਵੀ ਬੰਦਾ ਖੜਾ। ਚਲੋ, ਤੁਸੀਂ ਸਮਝ ਤਾਂ ਬਹੁਤ।